ਤਾਂ ਦੱਸਦੇ ਕਿ ਇੱਕ ਸਟੂਡੀਓ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ ਇੱਕ ਮਹਿਲਾ ਅਤੇ ਕੁੱਤਾ ਦੋਨੇ ਹੀ ਜਿਉਂਦੇ ਸੜ ਜਾਂਦੇ ਨੇ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਫਾਇਰ ਬ੍ਰਿਗੇਡ ਦੀ ਟੀਮ ਨੂੰ ਦਿੱਤੀ ਜਾਂਦੀ ਹੈ, ਪਰ ਉਹ ਮੌਕੇ ਤੇ ਨਹੀਂ ਪਹੁੰਚਦੀ। ਜਿਸ ਤੋਂ ਬਾਅਦ ਲੋਕ ਅੱਗੇ ਆਉਂਦੇ ਨੇ ਤੇ ਇਹਨਾਂ ਦੇ ਵੱਲੋਂ ਖੁਦ ਹੀ ਅੱਗ ਤੇ ਕਾਬੂ ਪਾਇਆ ਜਾਂਦਾ ਹੈ। ਤਾਂ ਦੱਸਦੇ ਕਿ ਹਾਦਸਾ ਲੁਧਿਆਣੇ ਦੇ ਵਿੱਚ ਹੋਇਆ, ਜਿੱਥੇ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਵਿੱਚ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਉਹ ਪਹਿਲੀ ਮੰਜ਼ਿਲ ਤੇ ਬਣੇ ਹੋਏ ਸਟੂਡੀਓ ਦੇ ਵਿੱਚ ਆਪਣੀ ਬੇਟੀ, ਪਤਨੀ ਅਤੇ ਕੁੱਤੇ ਦੇ ਨਾਲ ਸੋ ਰਹੇ ਸੀ। ਤਾਂ ਅੱਜ ਸਵੇਰੇ ਕਰੀਬ 3:30 ਵਜੇ ਉਹ ਉੱਠੇ ਤਾਂ ਉਹਨਾਂ ਦੀ ਪਤਨੀ ਚਾਹ ਬਣਾ ਰਹੀ ਸੀ, ਤਾਂ ਅਚਾਨਕ ਸਟੂਡੀਓ ਦੇ ਵਿੱਚ ਧਮਾਕਾ ਹੋ ਜਾਂਦਾ ਹੈ ਤੇ ਦਰਵਾਜ਼ਾ ਬੰਦ ਹੋਣ ਕਾਰਨ ਸਟੂਡੀਓ ਦੇ ਵਿੱਚ ਕਾਫੀ ਧੂੰਆਂ ਹੋ ਜਾਂਦਾ ਹੈ, ਜਿਸ ਕਾਰਨ ਲੜਕੀ ਅਤੇ ਕੁੱਤੇ ਦਾ ਦਮ ਘੁੱਟ ਜਾਂਦਾ ਹੈ, ਪਰ ਉਹ ਆਪਣੀ ਬੇਟੀ ਨੂੰ ਬਚਾਉਣ ਦੇ ਵਿੱਚ ਅਸਮਰਥ ਰਹੇ। ਤਾਂ ਪਿਤਾ ਮੁਤਾਬਿਕ ਲੜਕੀ ਪ੍ਰਭਜੋਤ ਕੌਰ ਐਮਕੌਮ ਕੀਤੀ ਹੋਈ ਸੀ ਉਹਨੇ, ਤੇ ਉਹ ਹੁਣ ਆਪਣੀ ਕਜ਼ਨ ਸਿਸਟਰ ਦੇ ਨਾਲ ਇੱਕ ਰੈਸਟੋਰੈਂਟ ਦੇ ਬਫੇ ਦੇ ਵਿੱਚ ਕੰਮ ਕਰਦੀ ਸੀ। ਤਾਂ ਕਮਲਜੀਤ ਸਿੰਘ ਦੇ ਮੁਤਾਬਿਕ ਉਹਨਾਂ ਨੇ ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਸੀ, ਪਰ ਉਹ ਕਈ ਸਮੇਂ ਤੱਕ ਵੀ ਮੌਕੇ ਤੇ ਨਹੀਂ ਪਹੁੰਚਦੀਆਂ ਤੇ ਆਸ-ਪਾਸ ਲੋਕਾਂ ਦੀ ਮਦਦ ਦੇ ਨਾਲ ਉਹਨਾਂ ਵੱਲੋਂ ਅੱਗ ਤੇ ਕਾਬੂ ਪਾਇਆ ਜਾਂਦਾ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਲੜਕੀ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਤੇ ਹੁਣ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ ਤੇ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸਦੇ ਕਿ ਇੱਕ ਸਟੂਡੀਓ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ ਇੱਕ ਮਹਿਲਾ ਅਤੇ ਕੁੱਤਾ ਦੋਨੇ ਹੀ ਜਿਉਂਦੇ ਸੜ ਜਾਂਦੇ ਨੇ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਫਾਇਰ ਬ੍ਰਿਗੇਡ ਦੀ ਟੀਮ ਨੂੰ ਦਿੱਤੀ ਜਾਂਦੀ ਹੈ, ਪਰ ਉਹ ਮੌਕੇ ਤੇ ਨਹੀਂ ਪਹੁੰਚਦੀ। ਜਿਸ ਤੋਂ ਬਾਅਦ ਲੋਕ ਅੱਗੇ ਆਉਂਦੇ ਨੇ ਤੇ ਇਹਨਾਂ ਦੇ ਵੱਲੋਂ ਖੁਦ ਹੀ ਅੱਗ ਤੇ ਕਾਬੂ ਪਾਇਆ ਜਾਂਦਾ ਹੈ। ਤਾਂ ਦੱਸਦੇ ਕਿ ਹਾਦਸਾ ਲੁਧਿਆਣੇ ਦੇ ਵਿੱਚ ਹੋਇਆ, ਜਿੱਥੇ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਵਿੱਚ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਉਹ ਪਹਿਲੀ ਮੰਜ਼ਿਲ ਤੇ ਬਣੇ ਹੋਏ ਸਟੂਡੀਓ ਦੇ ਵਿੱਚ ਆਪਣੀ ਬੇਟੀ, ਪਤਨੀ ਅਤੇ ਕੁੱਤੇ ਦੇ ਨਾਲ ਸੋ ਰਹੇ ਸੀ। ਤਾਂ ਅੱਜ ਸਵੇਰੇ ਕਰੀਬ 3:30 ਵਜੇ ਉਹ ਉੱਠੇ ਤਾਂ ਉਹਨਾਂ ਦੀ ਪਤਨੀ ਚਾਹ ਬਣਾ ਰਹੀ ਸੀ, ਤਾਂ ਅਚਾਨਕ ਸਟੂਡੀਓ ਦੇ ਵਿੱਚ ਧਮਾਕਾ ਹੋ ਜਾਂਦਾ ਹੈ ਤੇ ਦਰਵਾਜ਼ਾ ਬੰਦ ਹੋਣ ਕਾਰਨ ਸਟੂਡੀਓ ਦੇ ਵਿੱਚ ਕਾਫੀ ਧੂੰਆਂ ਹੋ ਜਾਂਦਾ ਹੈ, ਜਿਸ ਕਾਰਨ ਲੜਕੀ ਅਤੇ ਕੁੱਤੇ ਦਾ ਦਮ ਘੁੱਟ ਜਾਂਦਾ ਹੈ, ਪਰ ਉਹ ਆਪਣੀ ਬੇਟੀ ਨੂੰ ਬਚਾਉਣ ਦੇ ਵਿੱਚ ਅਸਮਰਥ ਰਹੇ। ਤਾਂ ਪਿਤਾ ਮੁਤਾਬਿਕ ਲੜਕੀ ਪ੍ਰਭਜੋਤ ਕੌਰ ਐਮਕੌਮ ਕੀਤੀ ਹੋਈ ਸੀ ਉਹਨੇ, ਤੇ ਉਹ ਹੁਣ ਆਪਣੀ ਕਜ਼ਨ ਸਿਸਟਰ ਦੇ ਨਾਲ ਇੱਕ ਰੈਸਟੋਰੈਂਟ ਦੇ ਬਫੇ ਦੇ ਵਿੱਚ ਕੰਮ ਕਰਦੀ ਸੀ। ਤਾਂ ਕਮਲਜੀਤ ਸਿੰਘ ਦੇ ਮੁਤਾਬਿਕ ਉਹਨਾਂ ਨੇ ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਸੀ, ਪਰ ਉਹ ਕਈ ਸਮੇਂ ਤੱਕ ਵੀ ਮੌਕੇ ਤੇ ਨਹੀਂ ਪਹੁੰਚਦੀਆਂ ਤੇ ਆਸ-ਪਾਸ ਲੋਕਾਂ ਦੀ ਮਦਦ ਦੇ ਨਾਲ ਉਹਨਾਂ ਵੱਲੋਂ ਅੱਗ ਤੇ ਕਾਬੂ ਪਾਇਆ ਜਾਂਦਾ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਲੜਕੀ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਤੇ ਹੁਣ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ ਤੇ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ।